ਸਾਰ ਸੰਗਤ ਭਾਈ ਅਮਰਿਤਪਾਲ ਸਿੰਘ ਵਾਰੇ ਤੇ ਤੁਸੀਂ ਜਾਣਦੇ ਹੋ ਤੇ ਕਹਿੰਦੇ ਨੇ ਵੱਡੀ ਖੁਸ਼ਖਬਰੀ ਜਿਹੜੀ ਐ ਆਉਣ ਵਾਲੀ ਐ ਤੇ ਜਲਦ ਕੇਸ ਜਿਹੜੇ ਨੇ ਖਤਮ ਹੋਣ ਵਾਲੇ ਨੇ ਸੋ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੈਸੇ ਤੇ ਇਹ ਸੱਚ ਹੋਵੇ ਪਰ ਫਿਲਹਾਲ ਇਹ ਚੀਜ਼ਾਂ ਤੇ ਹਲੇ ਕੋਈ ਪੱਕੀ ਮੋਰ ਨਹੀਂ ਲੱਗੀ ਹੈ ਇਹਨਾਂ ਚੀਜ਼ਾਂ ਤੇ ਹਲੇ ਕੁਝ ਪੱਕਾ ਜਿਹੜੀ ਸਹਿਮਤਵਾਜੀ ਹੈ ਉਹ ਨਹੀਂ ਹੋਈ ਹੈ ਸੋ ਬਿਲਕੁਲ ਹਲੇ ਤੇ ਇਹ ਚੀਜ਼ਾਂ ਵਿਚਾਰ ਅਧੀਨ ਹੀ ਨੇ ਇਹ ਚੀਜ਼ਾਂ ਹਾਲੇ ਤੱਕ ਵਿਚਾਰ ਅਧੀਨੀ ਨੇ ਵਿਚਾਰ ਤੇ ਹੀ ਇਹ ਚੀਜ਼ਾਂ ਬਿਲਕੁਲ ਟਿਕੀਆਂ ਹੋਈਆਂ ਨੇ ਸੋ ਸਾਧ ਸੰਗਤ ਬਹੁਤ ਜ਼ਰੂਰੀ ਕੁਝ ਬਣ ਜਾਂਦਾ ਹੈ ਹੀਲਾ ਬਹੁਤ ਜ਼ਰੂਰੀ ਕੁਝ ਚੀਜ਼ਾਂ ਬਣ ਜਾਂਦੀਆਂ ਨੇ ਪਰ ਇੱਥੇ ਬੇਨਤੀ ਕਰਾਂ ਵੀ ਸਾਡੇ ਪਹਿਲਾਂ ਹੀ ਲੋਕ ਖੁਸ਼ੀਆਂ ਮਨਾਉਣ ਲੱਗ ਪਏ ਨੇ ਪਹਿਲਾਂ ਹੀ ਸਵਾਗਤ ਦੀਆਂ ਤਿਆਰੀਆਂ ਕਰਨ ਲੱਗ ਪਏ ਪਹਿਲਾਂ ਹੀ ਅਫਵਾਮਾਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਜੀ ਪੰਜਾਬ ਸਰਕਾਰ ਦਾ ਮੂੰਹ ਮੋੜਦਾ ਜੀ ਕੇਂਦਰ ਸਰਕਾਰ ਦਾ ਮੂੰਹ ਮੋੜਦਾ ਹੁਣ ਤੁਸੀਂ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਪਹਿਲਾਂ ਸਭ ਕੁਝ ਹੋ ਤੇ ਜਾਣ ਦਿਓ ਤੁਸੀਂ ਪਹਿਲਾਂ ਹੀ ਸਭ ਕੁਝ ਅਸੀਂ ਤਿਆਰੀਆਂ ਕਰ ਰੱਖੀਆਂ ਜੀ ਅਸੀਂ ਐਂ ਕਰ ਲਿਆ ਜੀ ਆ ਤਿਆਰੀਆਂ ਕਰ ਲੀਆਂ ਕਿ ਕੋਈ ਕੀ ਕਰ ਲੋਂਗੇ ਤੁਸੀਂ ਤਿਆਰੀਆਂ ਕਰਕੇ ਸਵਾਗਤ ਕਰ ਲੋਂਗੇ ਫੁੱਲ ਸੈੱਟ ਲੋਂਗੇ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਕਰੋ ਪਰ ਪਹਿਲਾਂ ਪੱਕਾ ਤੇ ਹੋ ਜਾਣ ਦਿਓ ਕੁਝ ਐਵੇਂ ਤਿਆਰੀਆਂ ਕਰਕੇ ਅਸੀਂ ਸਰਕਾਰਾਂ ਦਾ ਮੂੰਹ ਚੜਾਈਏ ਤੇ ਹਲੇ ਸਾਡੇ ਅੰਦਰ ਨੇ ਤੇ ਹਲੇ ਬਹੁਤ ਸਿੰਘ ਅੰਦਰ ਨੇ ਜਿਨ੍ਹਾਂ ਨੂੰ ਛਡਾਉਣਾ ਹੈ ਲੰਬੀ ਲੜਾਈ ਹੈ ਸਾਡੀ ਅਸੀਂ ਥੋੜਾ ਜਿਹੀ ਥੀ ਉਛਲ ਜਾਨੇ ਆ ਲੰਬੀ ਲੜਾਈ ਹੈ ਸਾਡੀ ਜਿਹੜੇ 25 25 30 30 ਸਾਲਾਂ ਤੋਂ ਅੰਦਰ ਬੈਠੇ ਆ ਉਹਨਾਂ ਨੂੰ ਵੀ ਆਜ਼ਾਦ ਕਰਾਉਣਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹੋਈ ਬੇਅਦਬੀ ਦਾ ਇਨਸਾਫ ਵੀ ਲੈਣਾ ਹੈ ਚੋਰੀ ਹੋਏ ਸਰੂਪਾਂ ਦਾ ਹਿਸਾਬ ਵੀ ਲੈਣਾ ਹੈ ਬੜਾ ਕੁਝ ਅਸੀਂ ਕਰਨਾ ਹੈ ਅਸੀਂ ਤੇ ਮਾੜੇ ਜਿਹੀ ਥੀ ਉਛਲ ਗਏ ਐਂ ਕਰਦੇ ਆਂਗੇ ਜੀ ਮੈਂ ਇਹ ਨਹੀਂ ਕਹਿੰਦਾ ਮੈਂ ਅਮਰਤਪਾਲ ਦੇ ਖਿਲਾਫ ਨਹੀਂ ਹਾਂ ਠੀਕ ਹੈ ਸਾਨੂੰ ਖੁਸ਼ੀ ਸਭ ਨੂੰ ਸਭ ਨੂੰ ਖੁਸ਼ੀ ਹੋਣੀ ਹੈ ਪੂਰੇ ਪੰਥ ਲਈ ਮਾਣ ਵਾਲੀ ਗੱਲ ਹੋਣੀ ਹੈ ਪਰ ਇਹ ਝੂਠੀਆਂ ਅਫਵਾਹਾਂ ਫਲਾ ਕੇ ਕੇਸ ਵਾਪਸ ਲੈ ਲਿਆ ਜੀ ਉਹ ਰਿਹਾ ਹੋਣ ਜਾ ਰਹੇ ਨੇ ਜੀ ਫਲਾਨੀ ਤਰੀਕ ਨੂੰ ਕਈ ਤੇ ਉਹੀ ਪੰਡਤ ਬਣੇ ਬੈਠੇ ਆ ਉਪਵਿਖ ਬਾਣੀਆਂ ਕਰਨ ਚ ਲੱਗੇ ਹੋਇਆ ਐਨੀ ਤਰੀਕ ਨੂੰ ਰਿਹਾ ਹੋ ਜਾਣਗੇ ਜੀ ਐ ਹੋ ਜਾਣਾ ਜੀ ਫਲਾਨਾ ਹੋ ਜਾਣਾ ਇਹ ਗੱਲਾਂ ਨਹੀਂ ਕੋਈ ਦੱਸ ਕੋਈ ਰਾਸ ਹੈ ਇਨ੍ਹਾਂ ਚੀਜ਼ਾਂ 'ਚ ਕੋਈ ਥੋੜੀ ਬਹੁਤੀ ਵੀ ਸੱਚਾਈ ਹੈ ਇਨ੍ਹਾਂ ਚੀਜ਼ਾਂ 'ਚ ਕੁਛ ਨਹੀਂ ਹੈ ਆਪਣੇ ਕੋਲੋਂ ਹੀ ਫਲਾਣਾ ਹੋ ਗਿਆ ਜੀ ਐ ਹੋ ਗਿਆ ਜੀ ਐ ਕਰਦਿਆਂਗੇ ਜੀ ਇਹ ਸਾਰੀਆਂ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਤੇ ਫਲਾ ਕੇ ਕੀ ਸਾਬਤ ਕਰਨਾ ਚਾਹੁੰਨੇ ਆ ਕੀ ਬਣ ਜੇਗਾ ਕੀ ਕਰਨਾ ਅਸੀਂ ਚਾਹੁੰਨੇ ਆ ਕੀ ਸਾਡਾ ਇਹ ਕੀਤਾ ਹੋਇਆ ਕਦਮ ਕਿਤੇ ਗਲਤ ਤਾਂ ਨਹੀਂ ਪੈ ਜੇਗਾ ਕਦੇ ਸੋਚਿਆ ਇਸ ਵਿਸ਼ੇ ਨੂੰ ਤੁਸੀਂ ਕਦੇ ਵਿਚਾਰਿਆ ਇਸ ਵਿਸ਼ੇ ਨੂੰ ਤੁਸੀਂ ਕਦੇ ਇੱਕ ਵਾਰੀ ਵੀ ਸੋਚਿਆ ਕਦੇ ਇੱਕ ਵਾਰੀ ਵੀ ਇਸ ਵਿਸ਼ੇ ਤੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ ਇੱਕ ਵਾਰੀ ਵੀ ਇਸ ਚੀਜ਼ ਨੂੰ ਸੋਚ ਕੇ ਵੇਖਿਆ ਇਸ ਚੀਜ਼ ਨੂੰ ਇੱਕ ਵਾਰੀ ਵੀ ਕਦੇ ਵਿਚਾਰ ਕੇ ਵੇਖਿਆ ਵੀ ਇਹ ਸਹੀ ਹੋਏਗਾ ਜਾਂ ਗਲਤ ਹੋਏਗਾ ਪਰ ਨਹੀਂ ਅਸੀਂ ਤੇ ਮਨਮਰਜ਼ੀ ਕਰਨੀ ਹੈ ਜੀ ਅਸੀਂ ਤੇ ਬਹੁਤ ਕੁਝ ਕਰਨਾ ਹੈ ਆ ਤੁਸੀਂ ਵੇਖ ਲਓ ਪਹਿਲੀ ਸਿੱਖਾਂ ਦਾ ਜਲੂਸ ਨਿਕਲ ਰਿਹਾ ਹੈ ਪੂਰਾ ਮੈਨੂੰ ਗੱਲ ਕਹਿਣ ਚ ਕੋਈ ਹਰਜ ਨਹੀਂ ਵਿੱਕੀ ਥੋਮਸ ਵਰਗੇ ਕਿੰਨਾ ਕੁਝ ਕਿੰਨਾ ਕੁਝ ਅਸੀਂ ਪਹਿਲਾਂ ਬੋਲਿਆ ਕਿ ਨਹੀਂ ਭਾਈ ਇਹਨਾਂ ਲੋਕਾਂ ਨੂੰ ਇੰਨਾ ਜ਼ਿਆਦਾ ਸਿਰ ਨਾ ਚੜਾਓ ਇਹ ਆਏ ਆ ਜੀ ਸਾਡੇ ਭਰਾ ਜੀ ਠੀਕ ਹੈ ਕੋਈ ਗੱਲ ਨਹੀਂ ਅਮਰਤ ਛੱਕ ਲਿਆ ਬਾਣਾ ਪਾਲਿਆ ਭਰਾ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਰ ਇੱਕ ਬੇਨਤੀ ਨੂੰ ਜ਼ਰੂਰ ਸਮਝ ਲਿਓ ਕਿ ਜਿੰਨਾ ਛੇਤੀ ਇਹਨਾਂ ਲੋਕਾਂ ਨੂੰ ਉੱਤੇ ਲੈ ਕੇ ਜਾਵਾਂਗੇ ਉਹਨਾਂ ਛੇਤੀ ਇਹ ਲੋਕ ਸਾਨੂੰ ਥੱਲੇ ਲੈ ਕੇ ਆਉਣਗੇ ਅੱਜ ਕਿੰਨਾ ਆਪਣੀ ਦੁਨੀਆ ਦਾ ਜਿਹੜਾ ਇਹਨਾਂ ਲੋਕਾਂ ਨੇ ਜਲੂਸ ਕਢਵਾਤਾ ਰੇ ਰੇ ਕਹਿ ਕੇ ਗੱਲਾਂ ਕਰਨੀਆਂ ਓਏ ਓਏ ਕਹਿ ਕੇ ਗੱਲਾਂ ਕਰਨੀਆਂ ਗਾਲਾਂ ਕੱਢਣੀਆਂ ਸ਼ਰਿਆਮ ਇਹ ਇਹ ਲੋਕ ਉਹ ਨੇ ਜਿਹੜੇ ਦੂਜੇ ਨੂੰ ਕਹਿੰਦੇ ਨੇ ਅਸੀਂ ਤੇ ਇਹੋ ਜੀ ਆ ਜੇ ਤੂੰ ਸਾਡੇ ਤੇ ਵਾਰ ਕਰਨਾ ਕਰ ਲੈ ਆ ਆ ਚੀਜ਼ਾਂ ਨੇ ਜੀ ਸਾਧ ਸੰਗਤ ਜਰਾ ਸੋਚੀਏ ਇੱਕ ਵਾਰੀ ਪਹਿਲਾਂ ਬਹੁਤ ਕੁਝ ਅਸੀਂ ਗਵਾ ਚੁੱਕੇ ਆ ਪਹਿਲਾਂ ਬਹੁਤ ਕੁਝ ਟਾਵਾਂ ਲੱਗ ਚੁੱਕੀਆਂ ਨੇ ਪਰ ਅਸੀਂ ਫਿਰ ਵੀ ਕਿਉਂ ਨਹੀਂ ਸਮਝ ਰਹੇ ਇਹਨਾਂ ਚੀਜ਼ਾਂ ਨੂੰ ਅਸੀਂ ਕਿਉਂ ਨਹੀਂ ਵਿਚਾਰ ਰਹੇ ਇਹਨਾਂ ਚੀਜ਼ਾਂ ਨੂੰ ਸਾਡੇ ਸਿਰੋਂ ਕਿਉਂ ਅਸੀਂ ਦੁਬਕ ਕੇ ਬੈਠੇ ਹੋਏ ਆ ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਅਣਗਹਿਲੀਆਂ ਕਰ ਰਹੇ ਆ ਕਿਉਂ ਇਹਨਾਂ ਚੀਜ਼ਾਂ ਤੇ ਸਾਨੂੰ ਸਮਝ ਜਿਹੜੀ ਹੈ ਉਹ ਨਹੀਂ ਪੈ ਰਹੀ ਅਸੀਂ ਅਮਰਤਪਾਲ ਦੀ ਖੁਸ਼ਖਬਰੀ ਲੈ ਕੇ ਬੈਠੇ ਆ ਅਮਰਤਪਾਲ ਇਦਾਂ ਜੀ ਅਮਰਤਪਾਲ ਉਦਾਂ ਜੀ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਮਾੜਾ ਜੀ ਕੋਈ ਗੱਲ ਨਹੀਂ ਸਾਰੇ ਚੰਗੇ ਨੇ ਅਮਰਿਤਪਾਲ ਸਿੰਘ ਚੰਗਾ ਹੈ ਸਾਰੇ ਚੰਗੇ ਨੇ ਪਾਰਸ਼ਾ ਨੇ ਤੇ ਆਪ ਕਿਹਾ ਗੁਰਬਾਣੀ ਵਿੱਚ ਹਮ ਨੇ ਚੰਗੇ ਬੁਰਾ ਨਹੀਂ ਕੋਈ ਉਹ ਤਾਂ ਕਹਿੰਦੇ ਭਾਈ ਸਾਰੇ ਚੰਗੇ ਨੇ ਕੋਈ ਬੁਰਾ ਨਹੀਂ ਹੈ ਸਾਰੇ ਠੀਕ ਨੇ ਆਪੋ ਆਪਣੀ ਜਗ੍ਹਾ ਤੇ ਸਾਰੇ ਬਿਲਕੁਲ ਠੀਕ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਮਾੜਾ ਆਪਾਂ ਕਹੀ ਨਹੀਂ ਸਕਦੇ ਕਿਸੇ ਨੂੰ ਮਾੜਾ ਆਪਾਂ ਕਿਉਂ ਕਹੀਏ ਕਿਸੇ ਦੇ ਆਪਾਂ ਕਿਉਂ ਕੋਈ ਇਲਜ਼ਾਮ ਲਗਾਈਏ ਸਾਰੇ ਚੰਗੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸਾਡੀ ਕੌਮ ਜਿੰਨੀ ਉੱਤੇ ਸੀ ਅਸੀਂ ਸਾਰਿਆਂ ਤੋਂ ਉੱਚੇ ਸੀ ਉਹਨਾਂ ਹੀ ਸਾਨੂੰ ਨੀਮਾ ਕਰਕੇ ਦਿਖਾਤਾ ਕੁਝ ਸਾਡੀਆਂ ਕੋਝੀਆਂ ਹਰਕਤਾਂ ਨੇ ਤੇ ਕੁਝ ਸਾਡੀਆਂ ਖਾਸ ਚੀਜ਼ਾਂ ਨੇ ਤੇ ਕੁਝ ਇਹੋ ਜੀਆਂ ਚੀਜ਼ਾਂ ਜੋ ਅਸੀਂ ਬਿਨਾਂ ਮਤਲਬ ਦੀਆਂ ਕਰਦੇ ਜਾ ਰਹੇ ਹਾਂ ਐ ਹੋ ਗਿਆ ਜੀ ਉਹ ਹੋ ਗਿਆ ਜੀ ਐ ਕਰਤਾ ਜੀ ਇਹ ਚੱਕਤਾ ਜੀ ਐ ਬਣਾਤਾ ਜੀ ਉਹ ਕਰਤਾ ਜੀ ਆ ਆ ਚੀਜ਼ਾਂ ਨੇ ਸਾਨੂੰ ਨੀਵਾ ਕੀਤਾ ਹੈ ਆ ਚੀਜ਼ਾਂ ਨੇ ਸਭ ਤੋਂ ਵੱਧ ਸਾਨੂੰ ਢਾ ਲਗਾਈ ਹੈ ਪਿਆਰਿਓ ਜਰਾ ਇੱਕ ਵਾਰੀ ਸੋਚ ਕੇ ਵੇਖਿਓ ਇੱਕ ਵਾਰੀ ਇਸ ਚੀਜ਼ ਨੂੰ ਵਿਚਾਰ ਕੇ ਵੇਖਿਓ ਕਿ ਇਹ ਚੀਜ਼ਾਂ ਸਹੀ ਨੇ ਜਾਂ ਗਲਤ ਨੇ ਬਿਨਾ ਗੱਲ ਤੋਂ ਸੋਸ਼ਲ ਮੀਡੀਆ ਤੇ ਆ ਕੇ ਲਾਈਵ ਹੋ ਕੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਤੇ ਕਦੀ ਇੱਕ ਦੂਜੇ ਨਾਲ ਜੱਫੀਆਂ ਪਾਉਣੀਆਂ ਇੱਕ ਦੂਜੇ ਨੂੰ ਕਹਿਣਾ ਹਾਂਜੀ ਅਸੀਂ ਭਰਾ ਜੀ ਅਸੀਂ ਇਹ ਆ ਜੀ ਫਿਰ ਇੱਕ ਦੂਜੇ ਦਾ ਜਲੂਸ ਕੱਢਣਾ ਇਹ ਕੌਮ ਨੂੰ ਨੀਵਾ ਦਿਖਾਉਣ ਵਾਲੀਆਂ ਗੱਲਾਂ ਨਹੀਂ ਕਿਤੇ ਸੋਚੋ ਜਰਾ ਹੁਣ ਤੁਸੀਂ ਇੱਕ ਵਾਰੀ ਸੋਚ ਲਓ ਇਹ ਚੀਜ਼ਾਂ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਜਿਹੜੇ ਲੋਕ ਗਿਆਨ ਤੋਂ ਹੀਨੇ ਨੇ ਤੇ ਇਨ੍ਹਾਂ ਲੋਕਾਂ ਨੇ ਹੀ ਸਾਨੂੰ ਸਭ ਤੋਂ ਵੱਧ ਜਿਹੜਾ ਨੀਵਾ ਦਿਖਾਇਆ ਪਿਆਰਿਓ ਯਾਦ ਰੱਖਿਓ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਿਏ ਬਹੁਤ ਹੋ ਚੁੱਕਿਆ ਬਹੁਤ ਚੀਜ਼ਾਂ ਹੋ ਗਈਆਂ ਬਹੁਤ ਚੀਜ਼ਾਂ ਅਸੀਂ ਕਰ ਬੈਠੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਨਿਵੇੜ ਬੈਠੇ ਆਂ ਇਹਨਾਂ ਚੀਜ਼ਾਂ ਨੂੰ ਹੀ ਤੇ ਠੱਲ ਪਾਉਣੀ ਐ ਇਹਨਾਂ ਚੀਜ਼ਾਂ ਨੂੰ ਹੀ ਤੇ ਰੋਕਣਾ ਹੈ ਜੇ ਅਸੀਂ ਨਹੀਂ ਕਰ ਪਾਵਾਂਗੇ ਫਿਰ ਕੁਝ ਵੀ ਪੱਲੇ ਨਹੀਂ ਪੈਣਾ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਜਿੰਨਾ ਹੋ ਸਕੇ ਉਹਨਾਂ ਗੁਰੇਜ਼ ਕਰੀਏ ਜਿੰਨਾ ਹੋ ਸਕੇ ਉਹਨਾਂ ਰੁਕੀਏ ਇਹਨਾਂ ਚੀਜ਼ਾਂ ਤੋਂ ਫੇਰ ਕੋ ਸਬਰ ਸਕਦਾ ਨਹੀਂ ਕੁਝ ਨਹੀਂ ਸਬਰਨਾ ਤੇ ਅਮਰਿਤਪਾਲ ਸਿੰਘ ਦੇ ਲਈ ਜਲਦੀ ਖੁਸ਼ਖਬਰੀ ਆਵੇ ਆਪਾਂ ਸਾਰੇ ਚਾਹੁੰਦੇ ਆ ਕੇਸ ਵਾਪਸ ਹੋ ਜਾਣ ਸਾਰਾ ਕੁਝ ਹੋਵੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਵਰਤੇ ਤੇ ਆਪਾਂ ਸਾਰੇ ਖੁਸ਼ੀ-ਖੁਸ਼ੀ ਚਾਹੀ ਚਾਹੀ ਜਿਹੜੇ ਪੰਥ ਦੇ ਰਹਿੰਦੇਕਾਰ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰੀਏ ਪਰ ਵਕਤ ਤੋਂ ਪਹਿਲਾਂ ਖੁਸ਼ੀਆਂ ਮਨਾ ਲੈਣਾ ਠੀਕ ਨਹੀਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ